ਸੋਰਠ ਮਹੱਲਾ ਪੰਜਵਾ ਹੰਬਰੀ ਗਣਤਨਾ ਗਣਿਆ ਕਾਈ ਆਪਣਾ ਬਿਰਦ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਗੁਰ ਪੂਰਾ ਹੋਈ ਸਰਬ ਕਲਿਆਣ ਪੰਨੀ ਮੇ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੋਰਠਿ ਰਾਗ ਅੰਦਰ ਸਾਨੂੰ ਕੀ ਉਪਦੇਸ਼ ਕਰ ਰਹੇ ਹਨ ਹਮਰੀ ਗਨਤ ਨਾ ਗੜੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰੱਖ ਕੇ ਕਰ ਆਪਣੇ ਸਦਾ ਸਦਾ ਰੰਗ ਮਾਨ ਉਹ ਮਨਾ ਮੇਰੀਆ ਆਪਣੇ ਵਿਰਧ ਦੀ ਪਹਾਣ ਕਰ ਲੈ ਸਾਡੀ ਕਿਹੜੀ ਗੱਲ ਹੈ ਉਹ ਪ੍ਰਮਾਤਮਾ ਸਰੀਰੂਪੀ ਮੰਦਰ ਦੇ ਅੰਦਰ ਬਿਰਾਜਮਾਨ ਹੈ ਉਹਨੂੰ ਜਾਣ ਲੈ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਉਹ ਪ੍ਰਮਾਤਮਾ ਸਤਿਗੁਰੂ ਆਪ ਹੀ ਹੱਥ ਦੇ ਕੇ ਰੱਖੇਗਾ ਉਹ ਮਨ ਮੇਰਾ ਤੇਰਾ ਅੰਗ ਰਖਕ ਉਹ ਸਤਿਗੁਰੂ ਹੈ ਉਹਦੀ ਕਿਰਪਾ ਨਾਲ ਹੀ ਉਸ ਵਾਹਿਗੁਰੂ ਦੇ ਰੰਗ ਨੂੰ ਓ ਮਨਾ ਮੇਰਿਆ ਤੂੰ ਮਾਨ ਸਕੇਂਗਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਨ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਬਿਰਧ ਪਛਾਨ ਭਾਵ ਜਦੋਂ ਮਾਂ ਦੇ ਗਰਭ ਵਿੱਚ ਬੱਚਾ ਉਲਟਾ ਲਟ ਗਿਆ ਹੈ ਉਸ ਬਿਰਧ ਦੀ ਬੇਸ਼ਾਨ ਕੀਤੀ ਉਸ ਵਾਹਿਗੁਰੂ ਨੂੰ ਜਾਣ ਪਿਆ ਮਹਾਰਾਗਿਆ ਉਸ ਪਰਮਾਤਮਾ ਨੂੰ ਭੁੱਲ ਗਿਆ ਸੰਸਾਰ ਵਿੱਚ ਲੱਗ ਗਿਆ ਸੰਸਾਰ ਵਿੱਚ ਲੱਗਣ ਦੇ ਨਾਲ ਉਸ ਪਰਮਾਤਮਾ ਨੂੰ ਭੁੱਲ ਗਿਆ ਉਹ ਪਰਮਾਤਮਾ ਹੀ ਆਪ ਹੀ ਜਨਮਦਾ ਹੈ ਆਪ ਹੀ ਦਿਖਾਉਂਦਾ ਹੈ ਆਪ ਹੀ ਮਲਾਉਂਦਾ ਹੈ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਭੂਲੇ ਮਾਰਗ ਨੂੰ ਜਿਸ ਨੇ ਦੱਸਿਆ ਉਹ ਵੱਡੀਆਂ ਭਾਗਾ ਵਾਲਾ ਹੈ ਜਿਹਦੇ ਤੇ ਸਤਿਗੁਰੂ ਨੇ ਮਿਹਰ ਪਰਿਆ ਹੱਥ ਰੱਖਿਆ ਔਰ ਸੱਚ ਨਾਲ ਜੋੜ ਦਿੰਦਾ ਟੁੱਟੀ ਗੰਢ ਦਤੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਟੁੱਟੀ ਗੰਢੀ 40 ਸਿੰਘਾਂ ਦੀ ਇਸੇ ਤਰ੍ਹਾਂ ਹੀ ਸਤਿਗੁਰੂ ਗੁਰਸਿੱਖ ਨੂੰ ਜੋੜ ਲੈਂਦਾ ਹੈ ਟੁੱਟੀ ਗੰਢ ਦਿੰਦਾ ਹੈ ਉਹ ਪਰਮਾਤਮਾ ਸਾਹਮਣੇ ਨਜ਼ਰੀ ਆਉਂਦਾ ਹੈ ਔਰ ਨਦਰੀ ਨਦਰ ਨਿਹਾਲ ਉਹ ਸਤਿਗੁਰੂ ਗੁਰ ਸਿੱਖ ਨੂੰ ਕਰ ਦਿੰਦਾ ਹੈ ਹੱਥ ਦੇ ਰੱਖ ਕੇ ਕਰ ਆਪਣੇ ਸਦਾ ਸਦਾ ਰੰਗ ਮਾਨ